टीवी चैनल वेख रहे सारे दर्शकों नूं मेरे वल्लों जाने के अवतार आनंदपुरी वल्लों प्यार भरी सत श्री अकाल दोस्तों। जिवें असीं तुहानूं अपने चैनल जग पंजाबी दे जरिए किसी न किसी शख्सियत दे नाल गलबात तुहाडे रूबरू करदे आं, तो अज असीं पंजाब दी और सिख कौम दी एक माणमती शख्सियत जिन्हां ने सिख इतिहास दे उत्ते बहुत सारियां किताबां लिखियां, जिन्हां नूं बहुत बड़े माण सन्मान मिले, मेरी मुराद है जिन्हां ने अपने कलम दे नाल एक ऐसी सेध दित्ती और एक PhD की भाई संतोख सिंह जी उन्होंने उत्ते। सो मेरे नाल ने हरी सिंह जी जाचक, सो जान पछाण अज करावांगे तुहाडी। हरी सिंह जी जाचक साहब, तुहाडा साढ़े इस प्रोग्राम दे विच पहुँचने बहुत बहुत स्वागत, बहुत बहुत धन्यवाद। सब तो पहला तो मैं तुहाडा आनंदपुरी साहब जी आयां नूं कहना जग पंजाबी वालों कि तुसीं मेरे घर पहुँचे हो, बहुत बहुत मेहरबानी, धन्यवाद, दिल दीआं गहराइयां विचों स्वागत तुहाडा। की हुक्म है मेरे लिए? थोड़े लिए हुक्म ये भी किनिया तुसीं इस वक्त जिहड़ियां किताबां ने, बुक ने, जिहड़ियां सिख धर्म के उत्ते तुसीं लिखियां ने, वह किनिया किताबां ने, उन्हां दे की सरनामे ने? सब तो पहला तो मेरी किताब गुरु गोबिंद सिंह स्टडी सर्कल वालों विरसे दे अंग संग कवितावां दा संग्रह 1995 छपी। फिर मेरी दूसरी किताब जिहड़ी आ गुरु गोबिंद सिंह स्टडी सर्कल दा 25 साल दा इतिहास सिल्वर जुबली ते जिहड़ा कि सरदार प्रकाश सिंह बादल होरां ने रिलीज़ की किताब, ਉਹ ਸੀ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਪੁਸਤਕ ਲਹੂ ਭਿੱਜੇ ਇਤਿਹਾਸ ਦੇ ਪੰਨੇ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਉਹ ਪ੍ਰਕਾਸ਼ਿਤ ਹੋਈ ਅਤੇ ਉਹ ਪੁਸਤਕ ਸਰਦਾਰ ਜਗਦੇਵ ਸਿੰਘ ਤਲਵੰਡੀ ਜੋ ਕਿ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਉਹ ਪੁਸਤਕ ਰਿਲੀਜ਼ ਕੀਤੀ। ਇਸ ਤੋਂ ਬਾਅਦ 2007 ਦੇ ਵਿੱਚ ਮੇਰੀ ਇੱਕ ਪੁਸਤਕ ਸਿਦਕ ਦੇ ਪੈਂਡੇ ਆਈ, ਇਹ ਵੀ ਕਵਿਤਾਵਾਂ ਦਾ ਸੰਗ੍ਰਹਿ ਹੈ, ਅਤੇ ਬਾਕੀ ਜੋ ਹੈ 2-3 ਪੈਂਫਲੇਟ ਵੀ ਨੇ, ਅਤੇ ਮੈਂ ਜਿਹੜੀ PhD ਥੀਸਿਸ ਹੈ ਮੇਰਾ ਉਹ ਹੈ ਭਾਈ ਸੰਤੋਖ ਸਿੰਘ ਜੀ ਦੇ ਰਚੇ ਸਿੱਖ ਸਾਹਿਤ ਦਾ ਆਲੋਚਨਾਤਮਕ ਅਧਿਐਨ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਇਆ। ਤੁਸੀਂ ਜਿਹੜੀ ਪਹਿਲਾਂ ਜਿਹੜੀ ਪੜ੍ਹਾਈ ਆ ਤੁਹਾਡੀ, ਵਿੱਦਿਆ ਤਲੀਮ ਆ, ਔਰ ਤੁਹਾਡੇ ਪਿਛੋਕੜ ਕੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਆਨੰਦਪੁਰੀ ਜੀ ਕਿ ਮੇਰੇ ਮਾਤਾ ਪਿਤਾ ਜੀ ਇਹ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਸਨ, ਅਤੇ ਉਸ ਤੋਂ ਬਾਅਦ ਇੱਥੇ ਬਹੁਤ ਜਦੋਂ ਜਹਿਦ ਕੀਤੀ, ਅਤੇ ਮੇਰਾ ਜਿਹੜਾ ਜਨਮ ਸਥਾਨ ਹੈ ਉਹ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੈ। ਉੱਥੇ 16/4/1959 ਨੂੰ ਮੇਰਾ ਜਨਮ ਹੋਇਆ। ਗੁਰਸਿੱਖ ਮਾਪੇ ਸਨ ਸਰਦਾਰ ਮਹਿਤਾਬ ਸਿੰਘ ਜੀ ਅਤੇ ਮਾਤਾ ਰਾਮ ਕੌਰ ਜੀ ਦੇ ਗ੍ਰਹਿ ਵਿਖੇ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਗੱਲ ਦੱਸਣ ਲਈ ਕਿ ਸਾਡੇ ਵੱਡੇ ਵਡੇਰੇ ਉਹ ਗੁਰੂ ਸਾਹਿਬਾਂ ਦੇ ਨਾਲ ਇੱਕ ਭਾਈ ਹਰੀਦਾਸ ਜੀ ਕਰਕੇ ਪ੍ਰਸਿੱਧ ਸਨ, ਸੇਵਾ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ, ਅਤੇ ਜਦੋਂ ਮੇਰਾ ਜਨਮ ਹੋਇਆ ਅਤੇ ਉਸ ਤੋਂ ਬਾਅਦ ਨਾਮ ਸੰਸਕਾਰ ਜਿਹੜਾ ਰੱਖਣ ਦੀ ਰਸਮ ਸੀ ਗੁਰਦੁਆਰਾ ਸਾਹਿਬ ਵਿਖੇ, ਅਤੇ ਹਾਹਾ ਅੱਖਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਨਿਕਲਿਆ, ਅਤੇ ਮੇਰੇ ਪਿਤਾ ਜੀ ਸੰਗਤਾਂ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੇ ਕਿ ਅੱਜ ਹਾਹਾ ਅੱਖਰ ਨਿਕਲਿਆ ਹੈ, ਇਹ ਸਾਡਾ ਵਡਕਾ ਆ ਗਿਆ ਹੈ, ਇਹ ਭਾਈ ਹਰੀਦਾਸ ਆ ਗਿਆ ਹੈ ਸਾਡੇ ਘਰ, ਇਸ ਲਈ ਇਸ ਦਾ ਨਾਂ ਹਰੀ ਸਿੰਘ ਰੱਖ ਦਿੱਤਾ ਗਿਆ। ਹਾਂਜੀ ਹਾਂਜੀ, ਤਾਂ ਫਿਰ ਮੇਰਾ ਨਾਂ ਉਦੋਂ ਸੰਗਤ ਦੇ ਵਿੱਚ ਹਰੀ ਸਿੰਘ ਰੱਖਿਆ ਗਿਆ। ਪੜ੍ਹਾਈ ਦੇ ਨਾਲ ਨਾਲ ਕਿਸੇ ਨੌਕਰੀ ਪੇਸ਼ੇ ਦੇ ਨਾਲ ਵੀ ਸੰਬੰਧਿਤ ਹੋ? ਹਾਂ, ਮੈਂ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਸਕੂਲ ਤੋਂ ਆਨੰਦਪੁਰੀ ਸਾਹਿਬ 10ਵੀਂ ਪਾਸ ਕੀਤੀ, ਉਸ ਤੋਂ ਬਾਅਦ RSD ਕਾਲਜ ਫਿਰੋਜ਼ਪੁਰ ਤੋਂ BA ਦੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਫਿਰ MA ਇੰਗਲਿਸ਼ ਗੌਰਮੈਂਟ ਕਾਲਜ ਲੁਧਿਆਣਾ ਵਿਖੇ ਕੀਤੀ, ਅਤੇ ਨਾਲ ਦੀ ਨਾਲ ਹੀ ਮੇਰੀ ਸਰਵਿਸ ਡਿਫੈਂਸ ਮਹਿਕਮੇ ਦੇ ਵਿੱਚ ਇੱਕ ਆਡੀਟਰ ਵਜੋਂ ਲੱਗ ਗਈ। ਪਾਤਸ਼ਾਹ ਦੀ ਰਹਿਮਤ ਹੋਈ, ਅੱਗੇ ਦੇ ਅੱਗੇ ਕਦਮ ਵਧਦੇ ਗਏ, ਮਿਹਨਤ ਕੀਤੀ, ਅਤੇ ਨਾਲ ਦੀ ਨਾਲ ਹੁਣ ਮੈਂ ਇਸ ਵੇਲੇ ਡਿਫੈਂਸ ਅਕਾਊਂਟ ਡਿਪਾਰਟਮੈਂਟ ਦੇ ਵਿੱਚ ਅਕਾਊਂਟਸ ਅਫਸਰ ਦੇ ਤੌਰ 'ਤੇ ਸੇਵਾ ਕਰ ਰਿਹਾ ਹਾਂ। ਪਰ ਮੈਨੂੰ ਇਹ ਦੱਸਣ ਦੇ ਵਿੱਚ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੱਥੇ MA ਇੰਗਲਿਸ਼ ਕੀਤੀ, ਮਨ ਦੇ ਵਿੱਚ ਬੜੀਆਂ ਰੀਝਾਂ ਸਨ, ਸੁਪਨੇ ਸਨ ਕਿ ਸਾਰੇ ਧਰਮਾਂ ਦਾ ਅਧਿਐਨ ਕੀਤਾ ਜਾਏ। ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਬਖਸ਼ਿਸ਼ ਹੋਈ, ਮੇਰੀ ਨੌਕਰੀ ਜੋਸ਼ੀ ਮੱਠ ਲੱਗ ਗਈ ਹੇਮਕੁੰਟ ਸਾਹਿਬ ਦੇ ਕੋਲ, ਅਤੇ 4 ਸਾਲ ਮੈਂ ਉੱਥੇ ਰਿਹਾ, ਅਤੇ ਉਦੋਂ ਹੀ MA ਧਰਮ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਰਸਪੋਂਡੈਂਸ ਕੋਰਸ ਰਹੀ ਕੀਤੀ, ਅਤੇ ਪਾਤਸ਼ਾਹ ਦੀ ਰਹਿਮਤ ਨਾਲ ਮੈਂ ਯੂਨੀਵਰਸਿਟੀ ਵਿੱਚੋਂ ਆਨੰਦਪੁਰੀ ਸਾਹਿਬ ਟੋਪਰ ਆਇਆ। ਹਾਂਜੀ, ਜਦੋਂ ਮੈਂ ਟੋਪਰ ਆਇਆ ਅਤੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾਕਟਰ ਹਰਪਾਲ ਸਿੰਘ ਜੀ ਪੰਨੂ, ਜਿਹੜੇ ਮੇਰੇ PhD ਦੇ ਵਿੱਚ ਮੇਰੇ ਜਿਨ੍ਹਾਂ ਨੇ ਥੀਸਿਸ ਸਾਰਾ ਸੰਪੂਰਨ ਕਰਵਾਇਆ, ਉਹਨਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਕਿ ਹਰੀ ਸਿੰਘ ਤੂੰ ਹੁਣ ਜਿਹੜਾ PhD ਵੀ ਕਰ ਲੈ। ਤਾਂ ਮੈਂ ਉਹਨਾਂ ਦੀ ਪ੍ਰੇਰਨਾ ਸਦਕਾ
फिर PhD शुरू की थी, ते गुरु पातशाह दी रहमत हुई मेरा थीसिस बहुत सलाया गया भाई संतोख सिंह जी दे रचे सिख साहिब दा आलोचनात्मक अध्ययन जिहड़ा कि भाई वीर सिंह होणा ने संपादित किया 14 जिल्दां दे विच ते अज सारे संसार दे गुरद्वारिआं दे विच उस ग्रंथ दे विचों कथा वार्ता हर रोज़ हुंदी आ पर उस सुणदे आ सारे। हाँ जी, जदों तुहाडी पहली बुक जदों तुसीं लिखी ते तुहानूं किस तरह लग्या वी तुसीं पहली बुक दे रहे हो सिख धर्म दे विच, किस तरह जदों कोई पहला बंदा काम करदा कोई भी किसी किस्म दा तुहानूं किद्दां दा महसूस हुंदा, तुहानूं किद्दां इह लग्या वी पहली बुक मेरी मार्केट दे विच जा रही आ लोक पढ़नगे ते किस तरह दा महसूस होएगा? पहली गल तो मैं तुहानूं इह दसणा चाहुंदा कि क्योंकि इह किताब गुरु गोबिंद सिंह स्टडी सर्कल वल्लों प्रकाशित कीती गई सविरसे दे अंग संग ते इस करके सारे संसार दे विच आटोमैटिक ही पहुँच गई क्योंकि गुरु गोबिंद सिंह स्टडी सर्कल आल वर्ल्ड लैवल दी जथेबंदी है ते नैतिक कदरां कीमतां नूं बहाल करन लई बहुत वड्डा योगदान सिख धर्म च पा रही है। दूसरी मैं एक गल तुहाडे नाल आनंदपुरी साहब सांझी करना चाहांगा कि मेरे मन दे विच वी बड़े खदशे सी, बहुत डर सी ते जदों मैं गुरद्वारा साहिबान दे विच जाणा वी मैं कवि आं जां कविता लिखदा मैनूं समां दित्ता जाए ते कई वारी प्रबंधक मैनूं समां नहीं सी दिंदे ते मेरे मन दे विच बहुत हीन भावना आ रही सी वी असीं कलम चला रहे हां पर कुछ सुणदा नहीं। उस वेले एक बारी मेरी मुलाकात प्रिंसीपल सतबीर सिंह दे भराता सर बलविंदर सिंह कानपुर साहब दे नाल होई ते उन्हां नूं मैं अपनी ये गल जिक्र कीता, वो कहन लगे हरी सिंह जाचक इस गल दी चिंता ना कर, फुल नूं ये दसण दी लोड़ नहीं पैंदी कि उहदे कोल खुशबोई है, उहदी खुशबोई लैण लई दुनिया अपने आप उहदे पास पहुँचदी है। अज मैनूं वो अटल सच्चाई दिस रही क्योंकि सारे संसार अंदर ही अज गुरु पातशाह दी रहमत नाल मेरा नाँ है, मेरियां कवितावां नूं लोकी सुणदे ने पसंद करदे। प्यारे दर्शको, जिस तरह गल कीती है कि इन्हां ने बहुत सारियां किताबां लिखियां, ये एक देश भगत वजों भी फौज दे विच सेवा करदे ने, एक कवि वजों भी काम करदे ने ते सिख इतिहास नूं बहुत सारा बड़मुला जिहड़ा खजाना वह वंड रहे ने। तुसीं भाई संतोख सिंह जी होरां दे उत्ते PhD कीती ते उहनां दे बारे कुछ दो चार लाइनां संगतां दे सन्मुख करिओ। बहुत खुशी हो रही है भाई संतोख सिंह जी बारे गल करके संगतां दे नाल, चार लाइनां उहनां बारे कि तेरी देन बहुमुली संतोख सिंघा असी उहदा कोई तार नहीं मुल सकदे, गुर इतिहास बचाया तू गुम होणो असी तेरा एहसान नहीं भुल सकदे, देंदा रहेगा गुरमत दी सेध जाचक आ रचिया सूरज प्रकाश ग्रंथ तेरा, रहिंदी दुनिया तक भाई संतोख सिंघा आ ऋणी रहूगा खालसा पंथ तेरा, ऋणी रहूगा खालसा पंथ तेरा। सो बहुत ही चंगा लग रहा तुहाडियां जिहड़ियां इन्हां रचनावां दे विचों, तुहाडी कोई अपनी रचना जिहड़ी तुहानूं बहुत ही वधिया लगी होवे, कई वारी कोई गीत लिखदा उहनूं ऐं लगदा वी सारे गीत जिहड़े उहदे पुत्तां वर्गे हुंदे आ, इवें कवितावां ने जिहड़ियां कवी दीआं उह वी बहुत उहदीआं हरमन प्यारी हुंदे, कोई एक अजिही कविता जिहड़ी तुहानूं बहुत ही हरमन प्यारी होवे तुहाडे दिल नूं टुंबदी होवे? आनंदपुरी साहब जी मैं कविता शुरू कर दिती ना तो अद्धा घंटा उंझ ही लंघ जाणा अपना, उहदा आपां नूं अंतरस्थाई चाहीदा जी। मैं सिर्फ दो तीन बंद तुहानूं अपने चोणवें जिहड़े दिल नूं चंगे लगदे ने टुंबदे ने संगतां जकारे छड़दियां ने, जदों आनंदपुरी साहब मैं स्टेज पर पहुँचदा खास तौर पर जिन्हें तख्त साहबान ने श्रोमणी कमेटी वालों प्रोग्राम होंदे ने दिल्ली कमेटी वालों प्रोग्राम होंदे ने तो मैनूं स्टेज की सेवा मिलती है, तो जदों स्टेज की सेवा मिलती है तो कवि दरबार को अगे वधाउण दे लई सब तो पहली गल हुंदी है कि जेडे कवि का कोई शेयर अच्छा लगे संगतां जकारे छड्डन। तो मैं चार लाइनां आनंदपुरी साहब जरूर कहा करना कि चमका मारदा जिद्दा आकाश अंदर आ चन चौदवीं दा विच तारियां दे, ते चढ़दी कला आउंदी दर्शन कर जिद्दा सोहणे सजे होए पंजां प्यारियां दे, आ झुलदे केसरी पए निशान साहिब जिद्दां सोंदे ने नाल गुरद्वारियां दे, आ कलगी धर दे कवि दरबार इदां जचदे जाचका नाल जकारियां दे, ते जकारियां दी गूंज दे विच दुनिया फिर कवि दरबार सरवण करदी है। इहदे लई आपां वी इक जकारा ला दईए, बोले सो निहाल सा श्री अकाल। बहुत धन्यवाद, मेहरबानी। एक बंद माता गुजरी जी बारे जो पटना साहब दी स्टेज ते जदों सुनाया तां उस वेले तख्त साहब दे पटना साहब दे जथेदार साहब ते श्री अकाल तख्त साहब दे जथेदार साहब उन्हां ने आप जकारे छड्डे, तो वह चार लाइनां सन कि माता गुजरी दे नाल सी होई जिद्दां, आनंदपुरी साहब माता गुजरी दे नाल सी होई जिद्दां
ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ, ਆ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ, ਜਿਹੋ ਜਿਹੀ ਸੀ ਗੁਰੂ ਦਸ਼ਮੇਸ਼ ਜੀ ਤੇ ਇਹੋ ਜਿਹੀ ਨਹੀਂ ਕਿਸੇ ਤੇ ਛਾਂ ਹੋਣੀ, ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਿਹੀ ਨਹੀਂ ਕਿਸੇ ਦੀ ਮਾਂ ਹੋਣੀ, ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਿਹੀ ਨਹੀਂ ਕਿਸੇ ਦੀ ਮਾਂ ਹੋਣੀ। ਤੇ ਆਨੰਦਪੁਰੀ ਸਾਹਿਬ, ਜਦੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਮੈਂ ਗੱਲ ਕਰਦਾ ਨਾ ਤੇ ਜੈਕਾਰਿਆਂ ਦੀਆਂ ਗੂੰਜਾਂ ਆਕਾਸ਼ ਨੂੰ ਗੁੰਜਾ ਦਿੰਦੀਆਂ ਨੇ। ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਆਪਣੀ ਕਵਿਤਾ ਦੇ ਇੱਕ ਬੰਦ ਖਾਲਸਾ ਪੰਥ 'ਚੋਂ ਕਿ ਸਾਵੇਂ ਤੱਕ ਕੇ ਆ ਦੁੱਖ ਮੁਸੀਬਤਾਂ ਨੂੰ ਦਿਲ ਕਦੇ ਨਾ ਛੱਡਿਆ ਖਾਲਸੇ ਨੇ, ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਦਿਲ ਕਦੇ ਨਾ ਛੱਡਿਆ ਖਾਲਸੇ ਨੇ, ਇਹਦੇ ਵੱਲ ਜਿਸ ਵੇਖਿਆ ਅੱਖ ਕੈਰੀ ਫਸਤਾ ਉਸੇ ਦਾ ਵੱਢਿਆ ਖਾਲਸੇ ਨੇ, ਇਹਦੇ ਰਾਹ 'ਚ ਕੰਡੇ ਸੀ ਜੇਸ ਬੀਜੇ ਕੰਡਾ ਉਸੇ ਦਾ ਕੱਢਿਆ ਖਾਲਸੇ ਨੇ, ਆ ਲਾਲ ਕਿਲ੍ਹੇ ਤੋਂ ਕਿਲ੍ਹੇ ਜਮਰੌਦ ਤੀਕਰ ਝੰਡਾ ਕੇਸਰੀ ਗੱਡਿਆ ਖਾਲਸੇ ਨੇ।